ਹੈਲੋ ਦੋਸਤੋ, ਬੈਸਟ ਫਿਊਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੀ ਹਰ ਇੱਕ ਗੌਰਮੈਂਟ ਜੋਬ ਦੀ ਜਾਣਕਾਰੀ ਬਿਲਕੁਲ ਸਹੀ ਤੁਹਾਡੇ ਤੱਕ ਪਹੁੰਚਦੀ ਰਹੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਇਸ ਵੀਡੀਓ 'ਚ ਤੁਹਾਨੂੰ ਦੱਸ ਰਹੀ ਹਾਂ ਜੋ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਇੱਕ ਨਾਰਮਲਾਈਜੇਸ਼ਨ ਰਿਲੇਟਡ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਯੂਨੀਵਰਸਿਟੀ ਵੱਲੋਂ ਵੱਖ ਵੱਖ ਭਾਰਤੀਆਂ ਦੇ ਜੋ CBT ਐਗਜ਼ਾਮ ਕੰਡਕਟ ਕੀਤੇ ਜਾ ਰਹੇ ਨੇ, ਐਂਡ ਜੋ ਵੀ ਐਗਜ਼ਾਮ ਸਿਫਟਾਂ ਵਿੱਚ ਹੋਏ ਨੇ ਉਹਨਾਂ ਦੀ ਜੋ ਫਾਈਨਲ ਮੈਰਿਟ ਆਫਟਰ ਨਾਰਮਲਾਈਜੇਸ਼ਨ ਤਿਆਰ ਹੋਵੇਗੀ। ਤਾਂ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਨਾਰਮਲਾਈਜੇਸ਼ਨ ਹੁੰਦੀ ਕੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਸਟਾਫ ਨਰਸ ਐਗਜ਼ਾਮ 2 ਦਿਨ ਵਿੱਚ ਕੰਡਕਟ ਕੀਤਾ ਜਾ ਰਿਹਾ, ਮਤਲਬ ਕਿ 4 ਸਿਫਟਾਂ ਵਿੱਚ ਕੰਡਕਟ ਕੀਤਾ ਜਾਣਾ ਹੈ। ਤਾਂ ਇੱਥੇ ਹੁੰਦਾ ਕੀ ਹੈ ਕਿ ਕਿਸੇ ਸਿਫਟ ਦਾ ਜੋ ਐਗਜ਼ਾਮ ਟਫ ਹੁੰਦਾ ਹੈ, ਕਿਸੇ ਦਾ ਈਜ਼ੀ ਰਹਿੰਦਾ ਹੈ। ਤਾਂ ਹੁਣ ਇਹਨਾਂ ਨੂੰ ਜੋ ਬਰਾਬਰ ਕਰਨ ਲਈ, ਇੱਕ ਐਵਰੇਜ ਵਿੱਚ ਲਿਆਉਣ ਲਈ ਨਾਰਮਲਾਈਜੇਸ਼ਨ ਯੂਜ ਕੀਤੀ ਜਾਂਦੀ ਹੈ। ਮਤਲਬ ਕਿ ਇਹਨਾਂ 4 ਸਿਫਟਾਂ ਦੇ ਜੋ ਹਾਈਐਸਟ ਨੰਬਰ ਰਹਿਣਗੇ, ਐਵਰੇਜ ਨੰਬਰ ਰਹਿਣਗੇ, ਐਂਡ ਕਿੰਨੇ ਕੈਂਡੀਡੇਟ ਅਟੈਂਡੈਂਸ ਰਹੀ ਹੈਗੀ, ਠੀਕ ਹੈ ਜੀ, ਉਹਨਾਂ ਨੂੰ ਸਾਰਿਆਂ ਨੂੰ ਦੇਖ ਕੇ ਇੱਕ ਐਵਰੇਜ ਵਿੱਚ ਲਿਆਂਦਾ ਜਾਂਦਾ ਗਾ, ਇੱਕ ਐਵਰੇਜ ਨੰਬਰ ਤਿਆਰ ਕੀਤਾ ਜਾਂਦਾ ਹੈ। ਉਸਦੇ ਅਕੋਰਡਿੰਗ ਸਾਰਿਆਂ ਨੂੰ ਬਰਾਬਰ ਕਰਨ ਲਈ ਕਿਸੇ ਕੈਂਡੀਡੇਟ ਦੇ ਨੰਬਰ ਤੁਸੀਂ ਵੇਖੋਗੇ ਵਧਣਗੇ, ਮਤਲਬ ਕਿ 60 ਵਾਲਿਆਂ ਦੇ 65 ਵੀ ਹੋ ਸਕਦੇ ਨੇ, ਐਂਡ 65 ਵਾਲਿਆਂ ਦੇ 60 ਵੀ ਹੋ ਸਕਦੇ ਨੇ, ਠੀਕ ਹੈ ਜੀ। ਤਾਂ ਇਸ ਨੂੰ ਜੋ ਨਾਰਮਲਾਈਜੇਸ਼ਨ ਕਹਿੰਦੇ ਨੇ। ਤਾਂ ਨਾਰਮਲਾਈਜੇਸ਼ਨ ਐਗਜ਼ਾਮ ਅੰਦਰ ਇੱਕ ਗੱਲ ਹੋਰ ਧਿਆਨ ਰੱਖਣ ਯੋਗ ਹੁੰਦੀ ਹੈ, ਮਤਲਬ ਕਿ ਕੋਈ ਟਫ ਸੈਪਟ ਰਹੀਏ ਅਤੇ ਆਫਟਰ ਨਾਰਮਲਾਈਜੇਸ਼ਨ ਉਸ ਅੰਦਰ ਜੋ 5 ਨੰਬਰ ਦਿੱਤੇ ਜਾਣੇ ਸੀ, ਮਤਲਬ ਕਿ ਹਰੇਕ ਕੈਂਡੀਡੇਟ ਦੇ ਜੋ 5 ਨੰਬਰ ਵਧਣੇ ਸੀ, ਬਟ ਤੁਸੀਂ ਦੇਖੋਗੇ ਕਿਸੇ ਕੈਂਡੀਡੇਟ ਦਾ 1 ਨੰਬਰ ਵਧਿਆ, ਕਿਸੇ ਦੇ 2, ਕਿਸੇ ਦੇ 3, ਕਿਸੇ ਦੇ 5 ਨੰਬਰ ਵਧੇ ਨੇ। ਇਹ ਕਿਵੇਂ ਹੋਇਆ? ਫਾਰ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ, ਆਪਾਂ ਜੋ 2 ਕੈਂਡੀਡੇਟ ਲਏ ਨੇ, ਕੈਂਡੀਡੇਟ 1 ਨੇ ਜੋ ਟੋਟਲ 90 ਕੁਐਸਚਨ ਅਟੈਂਪਟ ਕੀਤੇ ਸੀ, ਉਹਦੇ ਨੰਬਰ ਜੋ 60 ਬਣੇ, ਐਂਡ ਕੈਂਡੀਡੇਟ 2 ਉਸਨੇ ਜੋ 70 ਕੁਐਸਚਨ ਕੀਤੇ ਸੀ, ਉਹਦੇ ਜੋ ਨੰਬਰ ਬਣੇ 60, ਮਤਲਬ ਕਿ ਉਹਦੇ ਵੀ 60 ਨੰਬਰ ਬਣ ਗਏ ਨੇ। ਤਾਂ ਇੱਥੇ ਤੁਸੀਂ ਦੇਖੋਗੇ ਕਾਰਗੁਜ਼ਾਰੀ ਕਿਸ ਦੀ ਵਧੀਆ, ਕੈਂਡੀਡੇਟ 2 ਦੀ, ਠੀਕ ਹੈ ਜੀ। ਐਂਡ ਜੋ ਕੈਂਡੀਡੇਟ 1 ਆ, ਉਸਨੇ ਜੋ 90 'ਚੋਂ 60 ਲਏ ਨੇ, ਤਾਂ ਇਹਦੀ ਜੋ ਐਵਰੇਜ ਵੀਕ ਰਹੀ ਆ, ਤਾਂ ਇੱਥੇ ਉਸਨੂੰ ਜੋ 2.5 ਨੰਬਰ ਮਿਲਣਗੇ 5 ਵਿੱਚੋਂ, ਬਟ ਜੋ ਕੈਂਡੀਡੇਟ 2 ਆ ਉਸਨੂੰ ਜੋ 5 ਵਿੱਚੋਂ 5 ਨੰਬਰ ਮਿਲ ਜਾਣੇ, ਮਤਲਬ ਕਿ ਉਹਦੇ 60 ਤੋਂ 65 ਹੋ ਗਏ, ਬਟ ਜੋ ਕੈਂਡੀਡੇਟ 1 ਸੀ ਉਹਦੇ 60 ਤੋਂ 65 ਹੋਏ ਨੇ, ਠੀਕ ਹੈ ਜੀ। ਇਸ ਤਰ੍ਹਾਂ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਆਪਾਂ ਜੋ ਨਾਰਮਲਾਈਜੇਸ਼ਨ ਐਗਜ਼ਾਮ ਹੁੰਦਾ ਹੈ ਤਾਂ ਉਸ ਵਿੱਚ ਜੋ ਤੁੱਕਾ ਲਗਾਉਣ ਤੋਂ ਵੀ ਬਚਣਾ ਚਾਹੀਦਾ ਹੈ। ਆਈ ਹੋਪ ਤੁਹਾਨੂੰ ਜੋ ਸਮਝ ਆ ਗਿਆ ਹੋਊਗਾ ਨਾਰਮਲਾਈਜੇਸ਼ਨ ਕੀ ਹੁੰਦੀ ਹੈ, ਕਿਸ ਤਰ੍ਹਾਂ ਕੰਮ ਕਰਦੀ ਹੈ, ਠੀਕ ਹੈ ਜੀ। ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਧੰਨਵਾਦ।